ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ਸ਼ੀਕਲ ਦੀ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਕੱਲ ਆਪਾਂ ਗੁਰਮਤ ਘਾਵ ਨਾਲ ਸੰਬੰਧਿਤ ਪ੍ਰਸ਼ਨ ਕੀਤੇ ਸੀ ਅੱਜ ਉਹਨਾਂ ਪ੍ਰਸ਼ਨਾਂ ਦੇ ਆਪਾਂ ਉੱਤਰ ਡਿਸਕਸ ਕਰਾਂਗੇ। ਬੱਸ ਤੇ ਇਸ ਔਖੇ ਸੀ ਟੌਪਿਕਸ ਆਪ ਨੂੰ ਲਗਭਗ ਉੱਤਰ ਆਉਂਦੇ ਸੀ ਕਈਆਂ ਨੇ ਤਾਂ ਆਪਣੇ ਮਾਰਕਸ ਵੀ ਦੱਸਦੇ। ਚਲੋ ਬਾਕੀ ਵੀ ਅੱਜ ਦੱਸ ਦਿਓ ਕਿੰਨੇ ਆਉਂਦੇ ਆ। ਸਾਡਾ ਪਹਿਲਾ ਪ੍ਰਸ਼ਨ ਸੀ ਗੁਰਮਤ ਘਾਵ ਦੇ ਮੋਢੀ ਕੌਣ ਸਨ? ਆਪਸ਼ਨ ੳ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਆਪਸ਼ਨ ਐਡਾ 1469 ਈਸਵੀ ਨੂੰ ਜਪਜੀ ਸਾਹਿਬ ਤੇ ਸਿੱਧ ਗੋਸ਼ਟ ਕਿਸ ਦੀ ਰਚਨਾ ਹੈ ਇਹ ਹੈਗੀ ਆਪਸ਼ਨ ਊੜਾ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਆਸਾ ਦੀ ਵਾਰ ਵਿੱਚੋਂ ਕਿਸ ਅਵਸਥਾ ਬਾਰੇ ਜਾਣਕਾਰੀ ਮਿਲਦੀ ਹੈ ਆਪਸ਼ਨ ਸ ਐਨਾ ਸਾਰੀ ਬਾਰੇ ਰਾਜਸੀ ਧਾਰਮਿਕ ਤੇ ਉਸ ਟਾਈਮ ਦੇ ਜਿਹੜੇ ਸਮਕਾਲੀ ਹਾਲਾਤ ਸੀ ਉਹਨਾਂ ਸਾਰਿਆਂ ਦਾ ਵਰਣਨ ਆਸਾ ਦੀ ਵਾਰ ਵਿੱਚ ਹੈ ਗੁਰੂ ਨਾਨਕ ਦੇਵ ਜੀ ਨੇ ਕਿਸ ਤੇ ਜ਼ੋਰ ਦਿੱਤਾ অপਸ਼ਨ ਸ ਅਪ੍ਰੋਕਤ ਸਾਰੇ ਨਾਮ ਜਪਣ ਕੀਰਤ ਕਰਨ ਤੇ ਵੰਡ ਛਕਣ ਗੁਰੂ ਅਮਰਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਮਿਲਦੀ ਹੈ অপਸ਼ਨ ਉੜਾ 17 ਰਾਗਾਂ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਦੀ ਗਿਣਤੀ ਕਿੰਨੀ ਹੈ অপশন এডা 1900 সরি 907 শব্দ ਨੇ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਨੇ ਕਿਹੜੇ ਕਾਵ ਰੂਪ ਵਿੱਚ ਰਚਨਾ ਕੀਤੀ ਉਹਨਾਂ ਨੇ ਸ਼ਲੋਕ ਪੌੜੀ ਸਤਵਾਰੇ ਤੇ ਚੌਪ ਦੇ ਇੰਨਾ ਸਾਰਿਆਂ ਦੇ ਵਿੱਚੀ ਆਪਣੀ ਜਿਹੜੀ ਆ ਰਚਨਾ ਕੀਤੀ ਸੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਮਹਾਨ ਰਚਨਾ ਕਿਹੜੀ ਹੈ অপਸ਼ਨ ਈਡੀ ਨੰਦ ਸਾਹਿਬ ਗੁਰੂ ਅਮਰਦਾਸ ਜੀ ਦੀ ਸਭ ਤੋਂ ਮਹਾਨ ਰਚਨਾ ਹੈ ਗੁਰੂ ਅਮਰਦਾਸ ਜੀ ਦੀ ਅਨੁਸਾਰ ਸੱਚੀ ਖੁਸ਼ੀ ਮਿਲਦੀ ਹੈ ਆਪਸ਼ਨ ਏ ਡੀ ਪਰਮਾਤਮਾ ਦੇ ਨਾਮ ਤੋਂ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਆਪਸ਼ਨ ਐ ਡਾ ਗੋਇੰਦਵਾਲ ਸਾਹਿਬ ਵਿਖੇ ਤੇ ਗੋਇੰਦਵਾਲ ਨਗਰ ਜਿਹੜਾ ਵਸਾਇਆ ਕਿਹੜੇ ਗੁਰੂ ਨੇ ਸੀ ਗੁਰੂ ਅਮਰਦਾਸ ਜੀ ਨੇ ਤੀਸਰੇ ਗੁਰੂ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਆਪਸ਼ਨ ਸ ਸਸ ਅਪਰੋਕਤ ਸਾਰੇ ਬਾਵਣ ਅਖਰੀ ਵੀ ਉਹਨਾਂ ਦੀ ਰਚਨਾ ਜੈਤਿਸ਼ਰੀ ਦੀ ਵਾਰ ਤੇ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਨੇ ਕੀਤੀ ਆਪਸ਼ਨ ਏ ਡੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਆਦਿ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਦੀ ਗਿਣਤੀ ਹੈ অপਸ਼ਨ ਐਡਾ 2216 ਸਭ ਤੋਂ ਵੱਧ ਜਿਹੜੀ ਆ ਬਾਣੀ ਗੁਰੂ ਅਰਜਨ ਦੇਵ ਜੀ ਨੇ ਰਚੀ ਸੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਕਿਹੜੇ ਛੰਦਾਂ ਦੀ ਵਰਤੋਂ ਕੀਤੀ ਉਹਨਾਂ ਨੇ ਚੌਪਈ ਸਿਰਖੰਡੀ ਤੇ ਦੋਰਾ ਇਹਨਾਂ ਸਾਰੇ ਹੀ ਛੰਦਾਂ ਦੇ ਵਿੱਚ ਜਿਹੜੀ ਆਪਣੀ ਬਾਣੀ ਰਚੀ ਸੀ ਇਸ ਲਈ ਸਸਾ অপਸ਼ਨ ਅਪਰੋਕਤ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕਾਰਜ ਕਿਸ ਨੇ ਕੀਤਾ অপশন ਐਡਾ ਭਾਈ ਗੁਰਦਾਸ ਜੀ ਜੇ ਇੱਥੇ ਪ੍ਰਸ਼ਨ ਐਵੇਂ ਹੁੰਦਾ ਕੀ ਲਿਖਾਈ ਦਾ ਕਾਰਜ ਕਰਵਾਇਆ ਕਿਸ ਨੇ ਸੀ ਫਿਰ ਗੁਰੂ ਅਰਜਨ ਦੇਵ ਜੀ ਇਹ ਪ੍ਰਸ਼ਨ ਇਸ ਤਰ੍ਹਾਂ ਦੇ ਨਾ ਥੋੜੀ ਧਿਆਨ ਨਾਲ ਪੜ੍ਹਿਆ ਕਰੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕੁੱਲ ਗਿਣਤੀ অপশন ਊੜਾ 39 ਵਾਰਾਂ ਪਾਈ ਗੁਰਦਾਸ ਜੀ ਨੇ 12 ਵਿੱਚ ਦਰਸਾਇਆ ਹੈ ਕੀ ਦਰਸਾਇਆ ਉਹਨਾਂ ਨੇ ਗੁਰਸਿੱਖ ਦੇ ਗੁਣ ਵੀ ਮਨਮੁਖ ਦੀ ਨਿੰਦਾ ਪ੍ਰਭੂ ਦੀ ਪ੍ਰਾਪਤੀ ਤੇ ਜ਼ੋਰ ਇਹਦਾ ਸਹੀ ਆਨਸਰ ਹੈ ਸ ਅਪਰੋਕਤ ਸਾਰੇ ਹੀ ਪਾਈ ਗੁਰਦਾਸ ਜੀ ਦੁਆਰਾ ਰਚਿਤ ਪਹਿਲੀ ਵਾਰ ਵਿੱਚ ਕਿਸ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਦਿੱਤੀ ਹੈ ਜਿਹੜੀ ਪਾਈ ਗੁਰਦਾਸ ਜੀ ਦੀ ਪਹਿਲੀ ਵਾਰਾ ਉਸ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ ਭਾਈ ਗੁਰਦਾਸ ਜੀ ਦੁਆਰਾ ਰਚਿਤ ਕਿਹੜੀ ਵਾਰ ਵਿੱਚ ਪਹਿਲੀ ਦੂਜੀ ਤੇ ਤੀਜੀ ਚੌਥੀ ਪਾਤਸ਼ਾਹੀ ਦੇ ਸਿੱਖਾਂ ਦੇ ਨਾਮ ਆਏ ਨੇ অপਸ਼ਨ ਸ 11ਵੀਂ ਵਾਰ ਦੇ ਵਿੱਚ ਆਦਿਕਾਲ ਨੂੰ ਕਿਸ ਕਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ অপਸ਼ਨ ਸ ਪੂਰਵ ਨਾਨਕ ਕਾਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੇ ਰਾਗ ਨੇ অপਸ਼ਨ ਊੜਾ 31 ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ অপਸ਼ਨ ਈਡੀ 36 ਕਿਹੜੇ 36 15 ਭਗਤਾਂ 11 ਪੱਟਾ 6 ਗੁਰੂ ਸਹਿਬਾਨ ਤੇ 4 ਗੁਰੂ ਸਿੱਖਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਗੁਰੂ ਸਹਿਬਾਨ ਨੇ ਕੀਤੀ ਸੀ অপশন ਸਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਵਾਰਾਂ ਨੂੰ ਲੋਕ ਗੀਤਾਂ ਜਾਂ ਧੁਨਾਕ ਤੇ ਗਾਉਣ ਦਾ ਹੁਕਮ ਹੈ ਕਿੰਨੀਆਂ ਵਾਰਾਂ 9 ਵਾਰਾਂ ਜਿਹੜੀਆਂ ਨੇ ਉਹਨਾਂ ਨੂੰ ਲੋਕ ਗੀਤਾਂ ਦੀਆਂ ਧੁਨੀਆਂ ਤੇ ਗਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਗੁਰਸਿੱਖ ਕਿੰਨੇ ਆ 4 ਕਿਹੜੇ ਕਿਹੜੇ ਚਾਰ ਆ ਸੱਤਾ ਬਲਵੰਡ ਬਾਬਾ ਸੁੰਦਰ ਜੀ ਤੇ ਭਾਈ ਮਰਦਾਨਾ ਜਪਜੀ ਸਾਹਿਬ ਵਿੱਚ ਕੁੱਲ ਕਿੰਨੀਆਂ ਪੌੜੀਆਂ ਹਨ ਆਪਸ਼ਨ ਐਡਾ ਜਪਜੀ ਸਾਹਿਬ ਵਿੱਚ 38 ਪੌੜੀਆਂ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਸਫੇਜਾਂ ਅੰਗ ਕਿੰਨੀਆਂ ਆਪਸ਼ਨ ਈਡੀ 1430 ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਰਾਮਾ ਮਾਂਜ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਆਪਸ਼ਨ ਊੜਾ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਤੇ ਰਾਗ ਕਿਹੜੇ ਵਿੱਚ ਲਿਖਿਆ ਹੋਇਆ ਏ ਇਹ ਲਿਖਿਆ ਮਾਂਝ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਦੋ ਕਿੱਸਾ ਕਰਾਂ ਦੇ ਨਾਮ ਆਪਸ਼ਨ ਊੜਾ ਦਮੋਦਰ ਤੇ ਪੀਲੂ ਇਹ ਨਾਨਕ ਕਾਲ ਦੇ ਕਿੱਸਾ ਕਰ ਸਨ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਆਪਸ਼ਨ ਸੱਸਾ 6 ਗੁਰੂ ਸਹਿਬਾਨ ਪਹਿਲੇ 5 ਗੁਰੂ ਸਹਿਬਾਨ ਉਸ ਤੋਂ ਬਾਅਦ ਗੁਰੂ 172 ਜੀ ਨੌਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ অপਸ਼ਨ ਐਡਾ ਆਦ ਗ੍ਰੰਥ ਦੇ ਨਾਮ ਨਾਲ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ অপਸ਼ਨ ਸ ਤਲਵੰਡੀ 1469 ਨੂੰ ਰਾਏਪੋਈ ਦੀ ਤਲਵੰਡੀ ਵਿੱਚ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ਕੀ ਡੀ ਸੀ ਆਪਸ਼ਨ ਈ ਡ ਜਪਜੀ ਸਾਹਿਬ ਜਿਹੜੀ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ਹਰਮੰਦਰ ਸਾਹਿਬ ਕਿਸ ਸ਼ਹਿਰ ਵਿੱਚ ਹੈ ਆਪਸ਼ਨ ਊੜਾ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਨੀ ਆ ਉਹ ਕਦੋਂ ਰੱਖੀ ਸੀ ਆਪਸ਼ਨ ਊੜਾ 1588 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਾਲ ਕਿਹੜਾ ਹੈ ਸੰਪਾਦਨ ਸਾਲ 1604 ਆਪਸ਼ਨ ਐਡਾ ਬਚਿੱਤਰ ਨਾਟਕ ਹੈ ਇਕਿਆ ਆਤਮ ਕਥਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਗੁਰੂ ਦੀ ਬਾਣੀ ਸਭ ਤੋਂ ਵੱਧ ਰਾਗਾਂ ਵਿੱਚ ਲਿਖੀ ਹੋਈ ਹੈ ਆਪਸ਼ਨ ਐਡਾ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਬਾਣੀ ਜਿਹੜੀ ਹੈ 30 ਰਾਗਾਂ ਦੇ ਵਿੱਚ ਦਰਜਾ ਕੁੱਲ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਰਾਗ 33 ਸਿਰਫ ਇੱਕ ਰਾਗ ਦੇ ਵਿੱਚ ਉਹਨਾਂ ਦੀ ਬਾਣੀ ਨਹੀਂ ਦਰਜ ਇੱਕ ਰਾਗ ਕਿਹੜਾ ਜੈ ਜੈ ਬੰਤੀ ਉਹ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ ਜੀ ਆਰੰਭ ਫਿਰ ਸਿਰੀ ਰਾਗ ਦੇਣਾ ਆਪਸ਼ਨ ਈਡੀ ਪਾਈ ਗੁਰਦਾਸ ਦੀਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਉਂ ਕਿਹਾ ਜਾਂਦਾ ਹੈ ਆਪਸ਼ਨ ਸਸਾ ਕਿਉਂਕਿ ਇਹਨਾਂ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਕੀ ਹੈ ਸਰਲ ਵਿਆਖਿਆ ਕੀਤੀ ਹੋਈ ਹੈ। ਪਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸ ਨੇ ਕਿਹਾ ਸੀ? ਆਪਸ਼ਨ ਈਡੀ ਗੁਰੂ ਅਰਜਨ ਦੇਵ ਜੀ ਨੇ। ਕਿਹੜੀ ਰਚਨਾ ਮਾਰਕੰਡੇ ਪ੍ਰਾਨ ਉੱਤੇ ਆਧਾਰਿਤ ਹੈ? ਆਪਸ਼ਨ ਸ ਚੰਡੀ ਦੀ ਵਾਰ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਰਾਗ ਰਹਿਤ ਹੈ? ਤਾਂ ਇਹਨਾਂ ਵਿੱਚੋਂ ਜਿਹੜੀ ਹੈ ਜਪਜੀ ਸਾਹਿਬ ਇਹ ਰਾਗ ਮੁਕਤ ਬਾਣੀ ਹੈ। ਵਾਰ ਸ਼੍ਰੀ ਭਗਉਤੀ ਜੀ ਕੀ ਰਚਨਾ ਹੈ। ਆਪਸ਼ਨ ਐਡਾ ਗੁਰੂ ਗੋਬਿੰਦ ਸਿੰਘ ਜੀ ਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਚਨਾਵਾਂ ਨੂੰ ਇਕੱਤਰ ਕਿਸ ਨੇ ਕੀਤਾ ਸੀ? ਆਪਸ਼ਨ ਊੜਾ ਗੁਰੂ ਅਰਜਨ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਨੇ 12 ਮੰਨ ਦੀ ਰਚਨਾ ਕਿਸ ਰਾਗ ਵਿੱਚ ਕੀਤੀ? ਉਹਨਾਂ ਨੇ ਆਪਸ਼ਨ ਈਡੀ ਰਾਗ ਤੁਖਾਰੀ ਵਿੱਚ ਰਾਗ ਮਾਂਝ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾ ਮਾਂ ਨੇ ਸ਼ਲੋਕ ਕੀ ਹੈ অপਸ਼ਨ ਉੜਾ ਸ਼ਲੋਕਿਕ ਕਾਵ ਰੂਪ ਹੈ ਮਹਾਨ ਕੋਸ਼ ਦਾ ਰਚਾਇਤਾ ਹੈ অপਸ਼ਨ ਸ ਭਾਈ ਕਾਨ ਸਿੰਘ ਨਾਭਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ অপਸ਼ਨ ਉੜਾ 15 ਸਤੰਬਰ 1600 4 ਇਸਵੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਹੋਇਆ ਸੀ ਕਿਹੜੀ ਜਨਮ ਸਾਖੀ ਸਭ ਤੋਂ ਪ੍ਰਚੀਨ ਹੈ ਆਪਸ਼ਨ ਐਡਾ ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਕਿਸ ਸ਼ਬਦ ਦਾ ਪ੍ਰਯੋਗ ਹੋਇਆ ਹੈ ਆਪਸ਼ਨ ਐਡਾ ਜਿਹੜਾ ਗੁਰਪ੍ਰਸਾਦ ਹੈ ਇਹਦਾ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਪ੍ਰਯੋਗ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਧੁਨੀਆਂ ਹਨ ਆਪਸ਼ਨ ਈਡੀ 9 ਧੁਨੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲਾ ਆਖਰੀ ਰਾਗ ਕਿਹੜਾ ਹੈ ਆਪਸ਼ਨ ਈਡੀ ਜੈਜਵੰਤੀ ਜੇ ਇੱਥੇ ਪ੍ਰਸ਼ਨ ਹੁੰਦਾ ਆਦਿ ਗ੍ਰੰਥ ਦਾ ਆਖਰੀ ਰਾਗ ਕਿਹੜਾ ਹੈ ਫਿਰ ਕਿਹੜਾ ਹੋਣਾ ਸੀ ਫਿਰ ਜੈਜਵੰਤੀ ਨਹੀਂ ਹੋਣਾ ਸੀ ਤੁਸੀਂ ਦੱਸਿਓ ਕਿਹੜਾ ਹੋਊਗਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਦੋਂ ਹੋਈ ਇਹ ਸਹੀ ਕਰ ਲਿਓ ਇੱਥੇ 1605 ਨਹੀਂ ਆਊਗਾ 1606 ਦੇ ਵਿੱਚ ਜਿਹੜੀ ਆ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਮੰਦੇ ਇਹ ਸਤਰਾਂ ਕਿਸ ਦੀਆਂ ਹਨ ਆਪਸ਼ਨ ਸ ਇਸ ਸਤਰਾਂ ਨੇ ਭਗਤ ਕਬੀਰ ਜੀ ਦੀਆਂ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਬਾਣੀ ਦਰਜ ਹੈ ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ED ਉਹਨਾਂ ਦੇ 2522 ਤੁਕਾਂ ਨੇ ਤੇ 896 ਬੰਦ ਨੇ ਜੇ ਸ਼ਬਦ ਪੁੱਛੇ ਫਿਰ ਕਿੰਨੇ ਆ 907 ਤੇ ਇਹ ਤੁਕਾਂ ਬੰਦ ਇਹਨਾਂ ਸਾਰਿਆਂ ਦੀ ਗਿਣਤੀ ਅਲੱਗ-ਅਲੱਗ ਯਾਦ ਰੱਖ ਲਿਓ ਪੰਜਾਬੀ ਸਾਹਿਤ ਵਿੱਚ ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਲੋਕ ਲਿਖੇ ਉਹਨਾਂ ਦੇ ਸ਼ਲੋਕ ਕਿੰਨੇ ਆ অপਸ਼ਨ ਏ ਡੀ 138 ਮਲਾਰ ਦੀ ਵਾਰ ਕਿਸ ਦੀ ਰਚਨਾ ਹੈ অপਸ਼ਨ ਏ ਗੁਰੂ ਨਾਨਕ ਦੇਵ ਜੀ ਦੀ ਤੇ ਮਲਾਰ ਦੀ ਵਾਰ ਵੀ ਜਿਹੜੀ ਹੈ ਇਹ ਵੀ ਲੋਕ ਵਾਰ ਦੀ ਧੁਨੀ ਤੇ ਗਾਈ ਜਾਂਦੀ ਹੈ ਕਿਹੜੀ ਲੋਕਵਾਰ ਦੀ ਧੁਨੀ ਤੇ ਗਾਈ ਜਾਂਦੀ ਹੈ ਉਹ ਵੀ ਦੱਸ ਦਿਓ ਹੁਣ ਗੁਰਮਤ ਸਾਹਿਤ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ অপਸ਼ਨ ਏ ਡੀ ਗੁਰੂ ਨਾਨਕ ਦੇਵ ਜੀ ਗੁਰਮਤ ਕਾਵਿ ਕੀ ਹੋਜੀ ਧਾਰਾ ਹੈ ਗੁਰਮਤ ਕਾਵਿ ਇੱਕ ਮੌਲਿਕ ਕਾਵਿਤਾ ਰਹਿ ਗੁਰਮਤ ਕਾਵਿਤਾ ਰਹਿ ਇਹ ਕੀ ਆ ਮੁੱਖ ਤੌਰ ਤੇ ਨਿਰਗੁਣਵਾਦੀ ਤਾਰਾ ਗੁਰਮਤ ਕਾਵਤਾਰਾ ਵਿੱਚ ਬ੍ਰਹਮ ਦਾ ਸਰੂਪ ਕੀ ਹੋ ਜਾਏ ਉਹ ਹੈ ਨਿਰੰਕਾਰ ਨਿਰਪਉ ਨਿਰਵੈਰ ਤਿਜੂਨਾ ਤੋਂ ਮੁਕਤ ਇਸ ਲਈ ਸਸਾ ਆਪਸ਼ਨ kia ਠੀਕ ਹੋ ਜਾਂਦਾ ਹੈ ਉਪਰੋਕਤ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਿਹੜੇ ਸਮੇਂ ਵਿੱਚ ਹੋਇਆ ਆਪਸ਼ਨ ਈਡੀ 1601 ਤੋਂ 1604 ਈਸਵੀ ਦੇ ਵਿੱਚ ਸੋਦਰ ਵਿੱਚ ਕਿੰਨੇ ਸ਼ਬਦ ਦਰਜ ਹੈ ਸੋਦਰ ਦੇ ਵਿੱਚ ਪੰਜ ਸ਼ਬਦ ਦਰਜ ਨੇ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਕਿੰਨੇ ਰਾਗਾਂ ਵਿੱਚ ਭਗਤਾਂ ਦੀ ਬਾਣੀ ਦਰਜ ਹੈ ਤਾਂ ਆਪਸ਼ਨ ਈਡੀ 22 ਰਾਗਾਂ ਦੇ ਵਿੱਚ 15 ਭਗਤ ਨੇ ਤੇ ਉਹਨਾਂ ਦੀ ਬਾਣੀ ਹੈਗੀ ਆ 22 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚਲੇ 31 ਰਾਗਾਂ ਦੀ ਤਰਤੀਬ ਵਿੱਚ ਆਖਰੀ ਰਾਗ ਦਾ ਨਾਮ ਹੈ ਆਪਸ਼ਨ ਈਡੀ ਜੈਜਵੰਤੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸਵਈਏ ਹਨ ਤਾਂ ਆਪਸ਼ਨ ਈ ਡੀ 120 ਇੰਨਾ ਵਿੱਚੋਂ ਕਿਹੜੇ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੱਥੀ ਸਰਲੇਖ ਅਧੀਨ ਦਰਜ ਹੈ ਤਾਂ ਆਪਸ਼ਨ ਐਡਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਤਿੱਥੀ ਬਾਣੀ ਹੈ ਉਹ ਬਲਾਵਰ ਰਾਗ ਦੇ ਵਿੱਚ ਹੈ ਇਸ ਤੋਂ ਇਲਾਵਾ ਤਿੱਥੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਵੀ ਆ ਤੇ ਭਗਤ ਕਬੀਰ ਜੀ ਦੀ ਵੀ ਆ ਉਹਨਾਂ ਦੀ ਜਿਹੜੀ ਤਿੱਥੀ ਬਾਣੀ ਆ ਉਹ ਹੈਗੀ ਆ ਗੋੜੀ ਰਾਗ ਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਤਿੱਥੀ ਆ ਇਹ ਬਿਲਾਵਰ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਕੇਂਦ੍ਰਿਤ ਹੈ অপਸ਼ਨ ਸ ਬ੍ਰह्म ਕੇਂਦ੍ਰਿਤ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੀ ਸਮਕਾਲੀਤੀ ਰਾਜਨੀਤਿਕ ਦਸ਼ਾ ਦਾ ਵਰਣਨ ਕਿਹੜੀ ਬਾਣੀ ਦੇ ਵਿੱਚ ਕੀਤਾ অপਸ਼ਨ ਐਡਾ ਆਸਾ ਦੀ ਵਾਰ ਦੇ ਵਿੱਚ ਉਹਨਾਂ ਨੇ ਸਮਕਾਲੀਤੀ ਰਾਜਨੀਤਿਕ ਦਸ਼ਾ ਨੂੰ ਬਿਆਨ ਕੀਤਾ ਹੈ ਗੁਰੂ ਨਾਨਕ ਦੇਵ ਜੀ ਅਨੁਸਾਰ ਬਾਬਰ ਹਿੰਦੁਸਤਾਨ ਤੇ ਹਮਲਾ ਕਰਨ ਲਈ ਕਿੱਥੋਂ ਆਇਆ ਸੀ অপਸ਼ਨ ਐਡਾ ਖੁਰਾਸਾਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਅੰਕਿਤ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈਗੀ ਆ 19 ਰਾਗਾਂ ਵਿੱਚ ਆਦ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਅੰਕਿਤ ਆਦ ਗ੍ਰੰਥ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 62 ਸ਼ਲੋਕ ਨੇ ਇਹੀ ਜਗ ਸੱਚੇ ਕੀ ਹੈ ਕੋਠੜੀ ਸ਼ਲੋਕ ਵਿੱਚ ਗੁਰੂ ਜੀ ਕੋਠੜੀ ਸ਼ਬਦ ਤੋਂ ਕੀ ਭਾਵ ਲੈਂਦੇ ਨੇ ਕੋਠੜੀ ਤੋਂ ਭਾਵ ਹੈ ਸੰਸਾਰ ਆਪਸ਼ਨ ਏਡੀ ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਵਿੱਚ ਲੈਲਾ ਮਜਨੂ ਦਾ ਜ਼ਿਕਰ ਆਉਂਦਾ ਹੈ ਤਾਂ ਭਾਈ ਗੁਰਦਾਸ ਜੀ ਦੀ 7ਵੀਂ ਵਾਰ ਦੇ ਵਿੱਚ ਜਿਹੜਾ ਲੈਲਾ ਮਜਨੂ ਦਾ ਵਰਣਨ ਕੀਤਾ ਹੋਇਆ ਹੈ ਇੰਨਾ ਚੋ ਕਿਹੜੀ ਰਚਨਾ ਗੁਰੂ ਅਮਰਦਾਸ ਜੀ ਦੀਆਂ ਲੰਮੀਆਂ ਬਾਣੀਆਂ ਵਿੱਚ ਗਿਣੀ ਜਾਂਦੀ ਹੈ ਤਾਂ ਆਪਸ਼ਨ ਐਡਾ ਆਨੰਦ ਸਾਹਿਬ ਜਿਹੜੀ ਹੈ ਗੁਰੂ ਅਮਰਦਾਸ ਜੀ ਦੀਆਂ ਲੰਮੀਆਂ ਬਾਣੀਆਂ ਵਿੱਚ ਗਿਣੀ ਜਾਂਦੀ ਹੈ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਵਾਰਾਂ ਕਿਹੜੇ-ਕਿਹੜੇ ਰਾਗਾ ਵਿੱਚ ਹਨ ਗੁਰੂ ਅਮਰਦਾਸ ਜੀ ਨੇ 4 ਵਾਰਾਂ ਦੀ ਰਚਨਾ ਕੀਤੀ ਸੀ ਕਿਹੜੀ ਗੁਜਰੀ ਸੂਹੀ ਆਰਾਮਕਲੀ ਤੇ ਮਾਰੂ ਸਸਾ ਆਪਸ਼ਨ ਠੀਕ ਆ ਇਹ ਸਾਰੀਆਂ ਹੀ ਵਾਰਾਂ ਜਿਹੜੀਆਂ ਗੁਰੂ ਅਮਰਦਾਸ ਜੀ ਦੀਆਂ ਨੇ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਵਿਸ਼ੇਸ਼ ਅੰਗਾਂ ਵਿੱਚ ਸ਼ਾਮਿਲ ਹੈ ਉਹਨਾਂ ਵਿੱਚ ਕੀ ਆ ਆਨੰਦ ਦੀ ਅਵਸਥਾ ਵੈਰਾਗ ਸਦਾਚਾਰਿਕ ਸਿੱਖਿਆ ਉਪਰੋਕਤ ਸਾਰੇ ਹੀ ਫਿਰ ਸਸਾ ਆਪਸ਼ਨ ਠੀਕ ਹੈ ਇੱਥੇ ਗੁਰੂ ਰਾਮਦਾਸ ਜੀ ਦੁਆਰਾ ਚਿਤਵਿਆ ਬ੍ਰਹਮ ਕੀ ਹੋ ਜਾਏ ਆਪਸ਼ਨ ਸਸਾ ਇਹ ਸਾਰੇ ਹੀ ਕਿਵੇਂ ਦਾ ਬ੍ਰਹਮ ਉਹਨਾਂ ਦੇ ਅਨੁਸਾਰ ਅਪਰ ਅਪਾਰ ਸਦੀਵੀ ਇਸ ਸ੍ਰਿਸ਼ਟੀ ਦਾ ਕਰਤਾ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਚਾਰ ਲਾਵਾਂ ਦਾ ਵਧੇਰੇ ਸਬੰਧ ਕਿਸ ਨਾਲ ਹੈ অপਸ਼ਨ ਏ ਡੀ ਅਧਿਆਤਮਕ ਜੀਵਨ ਦੇ ਨਾਲ ਗੁਰੂ ਰਾਮਦਾਸ ਜੀ ਦਾ ਸੂਪੁਰਖ ਵਾਲਾ ਸ਼ਬਦ ਕਿਹੜੀ ਬਾਣੀ ਦਾ ਅੰਗ ਹੈ অপਸ਼ਨ ਐ ਡਾ ਰਹਿਰਾਜ ਸਾਹਿਬ ਦਾ ਪ੍ਰਬੰਧਕਾ ਅਧੀਨ ਗੁਰੂ ਅਰਜਨ ਦੇਵ ਜੀ ਦੀ ਕਿਹੜੀ ਰਚਨਾ ਆਂਦੀ ਹੈ অপਸ਼ਨ ਸ ਸੁਖਮਨੀ ਸਾਹਿਬ ਸ਼ਬਦ ਮੀਰਾ ਮੰਨ ਲੋਚੇ ਦੀ ਮੁੱਖ ਸੁਰ ਕਿਹੜੀ ਹੈ অপਸ਼ਨ ਈ ਡੀ ਬਿਰਹਾ ਦੀ ਵੀਡੀਓ ਦੇ ਲਾਸਟ ਤੇ ਆਪਣੇ ਆਪਣੇ ਨੰਬਰ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਕਮੈਂਟ ਤੋਂ ਮੇਨ ਜ਼ਿਆਦਾ ਹੈ ਤੁਸੀਂ ਪਤਾ ਬਹੁਤ ਜਨੇ ਐਵੇਂ ਕਰਦੇ ਹੋ ਕਮੈਂਟ ਕਰਦੇ ਹੋ ਡਿਲੀਟ ਕਰਨਾ ਕਰਤਾ ਤਾਂ ਬਸ ਕਰਤਾ ਫਿਰ ਸੋਚਿਆ ਨਾ ਕਰੋ ਜ਼ਿਆਦਾ ਕਿਉਂਕਿ ਤੁਹਾਡੇ ਵੱਲੋਂ ਡਿਲੀਟ ਹੋ ਜਾਂਦਾ ਪਰ ਮੇਰੇ ਕੋਲ ਨੋਟੀਫਿਕੇਸ਼ਨ ਆ ਜਾਂਦਾ ਹੈ ਜਾਂ ਤੁਸੀਂ ਨਾ ਐਵੇਂ ਕਰਿਆ ਕਰੋ ਐਡਿਟ ਕਰ ਲਿਆ ਕਰੋ ਡਿਲੀਟ ਨਾ ਕਰਿਆ ਕਰੋ ਤੂੰ ਮੇਰਾ ਪਿਤਾ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦਾ ਜੀਵ ਨਾਲ ਕਿਹੜਾ ਰਿਸ਼ਤਾ ਨਹੀਂ ਦਰਸਾਇਆ ਇਹਨਾਂ ਸਤਰਾਂ ਦੇ ਵਿੱਚ ਨਾ ਇੱਥੇ ਨਹੀਂ ਨਹੀਂ ਆਊਗਾ ਕਿਹੜਾ ਰਿਸ਼ਤਾ ਦਰਸਾਇਆ ਹੈ ਇਹ ਸਾਰੇ ਹੀ ਰਿਸ਼ਤੇ ਜਿਹੜੇ ਉਹਨਾਂ ਨੇ ਆਪਣੀ ਇਸ ਸ਼ਬਦ ਦੇ ਵਿੱਚ ਦਰਸਾਏ ਨੇ ਗੁਰੂ ਤੇਗ ਬਹਾਦਰ ਜੀ ਦੁਆਰਾ ਰਚਿਤ ਸ਼ਲੋਕਾਂ ਦੀ ਕਿਹੜੀ ਗਿਣਤੀ ਸਹੀ ਹੈ ਗੁਰੂ ਤੇਗ ਬਹਾਦਰ ਜੀ ਨੇ 57 ਸ਼ਲੋਕਾਂ ਦੀ ਜਿਹੜੀ ਆ ਰਚਨਾ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿਹੜੇ ਰਾਗ ਅਧੀਨ ਦਰਜ ਹੈ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਆ ਉਹ ਰਾਗ ਜੈਜਾਵੰਤੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਮੁਖਸੋਰ ਕੀ ਹੈ? ਆਪਸ਼ਨ ਏ ਡੀ ਵੈਰਾਗ ਭਾਵ ਨੌਵੇਂ ਗੁਰੂ ਜੀ ਦੀ ਬਾਣੀ ਵਿੱਚ ਸੰਸਾਰ ਬਾਰੇ ਕੀ ਆਖਿਆ ਗਿਆ ਹੈ? ਆਪਸ਼ਨ ਐ ਡਾ ਨਾਸ਼ਮਾਨ ਭਗਤ ਰਵਿਦਾਸ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜਾ ਭਗਤ ਰਵਿਦਾਸ ਜੀ ਦੇ 40 ਸ਼ਬਦ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਭਗਤ ਰਵਿਦਾਸ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਇਹਨਾਂ ਵਿੱਚੋਂ ਕੀ ਹੈ ਉਹਨਾਂ ਦਾ ਕੀ ਹੈ ਬ੍ਰह्म ਵਿਚਾਰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ ਕਿੰਨੇ ਪਦੇ ਹਨ ਆਪਸ਼ਨ ਸ ਐਥੇ ਵੀ ਸਹੀ ਕਰ ਲਓ 60 ਨਹੀਂ ਆਊਗਾ 61 ਪਦੇ ਨੇ ਗੁਰੂ ਨਾਮ ਭਗਤ ਨਾਮਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਅੰਦਰ ਭਗਤ ਨਾਮਦੇਵ ਜੀ ਦੇ ਪਦ ਕਿੰਨੇ ਰਾਗਾਂ ਦੇ ਵਿੱਚ ਹੈ ਇੱਥੇ ਵੀ 28 ਨਹੀਂ 18 ਰਾਗਾਂ ਦੇ ਵਿੱਚ 61 ਪਦੇ ਨੇ ਤੇ 18 ਰਾਗਾਂ ਦੇ ਵਿੱਚ ਭਗਤ ਨਾਮਦੇਵ ਜੀ ਦੇ ਭਗਤ ਨਾਮਦੇਵ ਜੀ ਦੀ ਬਾਣੀ ਵਿੱਚ ਕਿਹੜੀ ਭਾਸ਼ਾ ਦੀ ਵਰਤੋਂ ਹੋਈ ਹੈ ਮਹਾਰਾਸ਼ਟਰੀ ਸੰਤ ਭਾਸ਼ਾ ਤੇ ਸਿੰਧੀ ਭਾਸ਼ਾ ਇੰਨਾ ਸਾਰੀਆਂ ਹੀ ਭਾਸ਼ਾਵਾਂ ਦੀ ਜਿਹੜੀ ਵਰਤੋਂ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਪਦੇ ਕਿੰਨੇ ਰਾਗਾਂ ਅਧੀਨ ਸੰਕਲਿਤ ਹਨ ਭਗਤ ਕਬੀਰ ਜੀ ਦੇ ਪਦੇ 17 ਰਾਗਾਂ ਦੇ ਵਿੱਚ RAMKALI ਦੀ ਵਾਰ ਨੂੰ ਕਿਸ ਧੁਨ ਤੇ ਗਾਉਣ ਦਾ ਉਦੇਸ਼ ਹੈ ਇਹ ਹੈਗਾ ਆਪਸ਼ਨ 1 ਜੋਦੇ ਵੀਰੇ ਪੁਰਬਾਨੀ ਦੀ ਵਾਰ ਧੁਨ ਤੇ ਕਾਇਆ ਜਾਂਦਾ RAMKALI ਦੀ ਵਾਰ ਨੂੰ ਗੁਰੂ ਅਰਜਨ ਦੇਵ ਜੀ ਨੇ ਸੋਲੇ ਦੀ ਰਚਨਾ ਕਿਸ ਰਾਗ ਵਿੱਚ ਕੀਤੀ ਉਹਨਾਂ ਨੇ ਸੋਲੇ ਦੀ ਰਚਨਾ ਕੀਤੀ ਸੀ ਮਾਰੂ ਰਾਗ ਦੇ ਵਿੱਚ ਭਾਈ ਸਾਹਿਬ ਦੀ ਪਹਿਲੀ ਵਾਰ ਦੀਆਂ ਕਿੰਨੀਆਂ ਪੌੜੀਆਂ ਹਨ অপਸ਼ਨ ਐਡਾ 49 ਇੱਕਾਈ ਬੁਕਸ ਦੇ ਵਿੱਚ 49 ਮਿਲਦਾ ਹੈ ਜ਼ਿਆਦਾਤਰ ਵੈਸੀ 22 ਆਊਗਾ ਪਹਿਲੀ ਵਾਰ ਵਿੱਚ ਉਹਨਾਂ ਦੀਆਂ 22 ਪੌੜੀਆਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੀ ਕਿਹੜੀ ਵਾਰ ਲਿਖੀ ਸੀ অপਸ਼ਨ ਈਡੀ ਪਹਿਲੀ ਵਾਰ ਪਹਿਲੀ ਵਾਰ ਵਿੱਚ ਕਿਹੜੀ ਗੁਰੂ ਸਾਹਿਬ ਦਾ ਉਲੇਖ ਹੈ ਪਹਿਲੀ ਵਾਰ ਦੇ ਵਿੱਚ ਅੱਛਾ ਕਿਹੜੇ ਗੁਰੂ ਸਾਹਿਬ ਤੱਕ ਦਾ ਉਲੇਖ ਹੈ ਫਿਰ ਹੈਗਾ ਆਪਸ਼ਨ ਈਡੀ ਗੁਰੂ ਅਰਜਨ ਦੇਵ ਜੀ ਤੱਕ ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਭਗਤਾਂ ਬਾਰੇ ਹੈ ਇੱਥੇ ਵੀ ਸਹੀ ਕਰ ਲਓ 11ਵੀਂ ਨਹੀਂ ਆਊਗਾ 10ਵੀਂ ਵਾਰ ਦੇ ਵਿੱਚ ਉਹਨਾਂ ਨੇ ਭਗਤਾਂ ਦੇ ਬਾਰੇ ਵਰਣਨ ਕੀਤਾ ਹੈ 15ਵੀਂ ਵਾਰ ਨਹੀਂ ਆਊਗਾ ਕਿਉਂਕਿ 15ਵੀਂ ਵਾਰ ਵਿੱਚ ਸਿਰਫ ਇੱਕ ਦੋ ਭਗਤਾਂ ਬਾਰੇ ਆ ਜਿਆਦਾ ਉਹਨਾਂ ਨੇ ਭਗਤਾਂ ਬਾਰੇ ਗੱਲ ਨਹੀਂ ਕੀਤੀ 15ਵੀਂ 16ਵੀਂ ਵਾਰ ਵਿੱਚ ਨਾ ਉਹਨਾਂ ਨੇ ਮਤਲਬ ਇਹ ਦੱਸਿਆ ਕਿ ਜਿਹੜੀ ਮਨੁੱਖ ਦੀ ਜੂਨ ਆ ਉਹ ਸਾਰੀਆਂ ਜੂਨਾਂ ਨਾਲੋਂ ਉੱਤਮ ਆ ਇਸ ਲਈ ਭਗਤਾਂ ਬਾਰੇ ਵਾਰ ਆਈ ਗਈ ਤਾਂ ਉਹ ਹੈਗੀ ਆ 10ਵੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਹੈ ਆਪਸ਼ਨ ਈਡੀ 31 ਰਾਗਾਂ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ অপশন এডা 1479 ই.স. ਨੂੰ ਇਹ ਸਨ ਸਾਡੀ ਅੱਜ ਦੀ ਪ੍ਰੈਸ਼ਨ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਕਮੈਂਟ ਕਰਨ ਲਈ ਜਿਆਦਾ ਨਾ ਸੋਚਿਆ ਕਰੋ ਆਪਣੀ ਇੱਕ ਪਰਿਵਾਰਿਕ ਜੀ ਸਾਂਝ ਬਣ ਗਈ ਕੋਈ ਗੱਲ ਨਹੀਂ ਜਿਵੇਂ ਵੀ ਬਸ ਕਰਤਾ ਠੀਕ ਹੈ ਠੀਕ ਹੈ ਥੈਂਕ ਯੂ